ਦਲ ਬਦਲੂ ਜ਼ਮਾਨਾ ਹੈ ਤੇ ਦਲ ਬਦਲੀਆਂ ਚੱਲ ਰਹੀਆਂ ਹਰ ਰੋਜ਼ ਲੀਡਰ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਜਾ ਰਹੇ ਆ ਇੱਕ ਗਾਣੀ ਤੁਹਾਨੂੰ ਸੁਣਾਉਣਾ ਹੈ ਕਿ ਜਿਸ ਤਰੀਕੇ ਦੇ ਨਾਲ ਦਿਨ ਚੱਲ ਰਿਹਾ ਹੈ ਸਾਬਜਾਦਿਆਂ ਦੀ ਸ਼ਹੀਦੀ ਦੇ ਸਾਬਜਾਦਿਆਂ ਦੀਆਂ ਸਹਾਦਤਾਂ ਦੇ ਤਾਂ ਇਹਨਾਂ ਦਿਨਾਂ ਦੇ ਉੱਤੇ ਇੱਕ ਲੀਡਰ ਭਾਸ਼ਣ ਦੇ ਰਿਹਾ ਸੀ ਸਟੇਜ ਦੇ ਉੱਤੇ ਭਾਸ਼ਣ ਦੇ ਰਿਹਾ ਸੀ ਕਿ ਦੇਖੋ ਸਾਡੇ ਗੁਰੂਆਂ ਦੇ ਬੱਚਿਆਂ ਨੇ ਇੰਨੀ ਛੋਟੀ ਉਮਰ ਦੇ ਵਿੱਚ ਕਿਸੇ ਦੂਜੇ ਅੱਗੇ ਜਾਲਮ ਅੱਗੇ ਸਿਰ ਨਹੀਂ ਝੁਕਾਇਆ ਜਾਨਵਾਰ ਦਿੱਤੀਆਂ ਪਰ ਈ ਨਹੀਂ ਮੰਨੀ ਉਹਨਾਂ ਜਦੋਂ ਇਹ ਭਾਸ਼ਣ ਦੇ ਕੇ ਉਤਰੇ ਤਾਂ ਅਗਲੇ ਦਿਨ ਨੇਤਾ ਜੀ ਇੱਕ ਵੱਡੀ ਪਾਰਟੀ ਦੀ ਸਟੇਜ ਤੇ ਪਹੁੰਚ ਕੇ ਗੱਲ ਵਿੱਚ ਸਰੋਪਾ ਪਵਾ ਰਹੇ ਸੀ ਚਰਚਾ ਆਈ ਕਿ ਈੜੀ ਨੇ ਦਬਕਾ ਮਾਰਿਆ ਤਾਂ ਨੇਤਾ ਜੀ ਦਲ ਬਦਲ ਗਏ ਇੱਕ ਪਾਸੇ ਭਾਸ਼ਣ ਦੇ ਰਹੇ ਸੀ ਕਿ ਸਹਿਬ ਜਿਆਦਿਆਂ ਤੋਂ ਸਾਨੂੰ ਸਿੱਖਿਆ ਲੈਣ ਦੀ ਲੋੜ ਹੈ ਤੇ ਦੂਜੇ ਪਾਸੇ ਅਗਲੇ ਦਿਨ ਹੀ ਜਦ ਦਬਕਾ ਆਇਆ ਤਾਂ ਆਪਣਾ ਜੋ ਹੈ ਪਾਰਟੀ ਬਦਲ ਲਈ ਦਲ ਬਦਲ ਰਿਆ ਤਾਂ ਕਿਹੋ ਜੇ ਲੀਡਰ ਹੈ ਸਾਡੇ ਤੁਸੀਂ ਸਮਝ ਸਕਦੇ ਹੋ ਜੋ ਸਟੇਜਾਂ ਤੇ ਗੱਲਾਂ ਕਰਦੇ ਆ ਸਾਡੇ ਸ਼ਹੀਦਾਂ ਦੀਆਂ ਗੱਲਾਂ ਕਰਦੇ ਆ ਸਾਡੇ ਸਹਿਬਜ਼ਾਦਿਆਂ ਦੀਆਂ ਪਰ ਇੱਕ ਦਬਕੇ ਇਹਨਾਂ ਤੋਂ بڑا ਕੁਝ ਕਰਵਾ ਜਾਂਦੇ ਆ ਗੱਲਾਂ ਕਰਦੇ ਆ ਕਿ ਉਹ ਬੱਚਿਆਂ ਦੀਆਂ ਜਿਨ੍ਹਾਂ ਨੇ 7 ਤੇ 9 ਸਾਲ ਦੀ ਉਮਰ ਦੇ ਵਿੱਚ ਮੌਕੇ ਦੇ ਵਜ਼ੀਰ ਨੂੰ ਮੌਕੇ ਦੇ ਹੁਕਮਰਾਨ ਨੂੰ ਇਹ ਕਹਿੰਦਾ ਸੀ ਕਿ ਨਹੀਂ ਕਬੂਲਣੀ ਤੇਰੀ ਦੀਨ ਅਸੀਂ ਨਹੀਂ ਮੰਨਣਾ ਤੇਰਾ ਦੀਨ ਅਸੀਂ ਪਰ ਦੂਜੇ ਪਾਸੇ ਇੱਕ ਅੱਜ ਦੇ ਜਿਹੜੇ ਉਹਨਾਂ ਦੀਆਂ ਗੱਲਾਂ ਕਰਕੇ ਭਾਵਕ ਕਰਦੇ ਆ ਲੋਕਾਂ ਨੂੰ ਵੋਟਾਂ ਵਟੋਰਨ ਦੇ ਖਾਤਰ ਜਦ ਇੱਕ ਦੌਕਾ ਆਉਂਦਾ ਇਸ ਕੇਂਦਰ ਦਾ ਇੱਕ ਦੌਕਾ ਆਉਂਦਾ ਈਡੀ ਦਾ ਤਾਂ ਫਟਾਫਟ ਤੜਕੇ ਨੂੰ ਪਤਾ ਲੱਗਦਾ ਸਵੇਰ ਨੂੰ ਪਤਾ ਲੱਗਦਾ ਹੈ ਕਿ ਨੇਤਾ ਜੀ ਤਾਂ ਸਰੋਪਾ ਲੈ ਆਏ ਆ ਨੇਤਾ ਜੀ ਨੇ ਤਾਂ ਗੱਲ ਦੇ ਵਿੱਚ ਪੱਟੀ ਪਵਾ ਲਈ ਹੈ ਦੂਜੀ ਪਾਰਟੀ ਦੀ ਤਾਂ ਦਲ ਬਦਲੂ ਜ਼ਮਾਨਾ ਹੈ ਦਲ ਬਦਲੀਆਂ ਚੱਲ ਰਹੀਆਂ ਘੱਟੋ ਘੱਟ ਜਦੋਂ ਤੁਸੀਂ ਸਟੇਜਾਂ ਤੇ ਖੜੇ ਹੁੰਨੇ ਆ ਉਹਨਾਂ ਸਟੇਜਾਂ ਦੇ ਉੱਤੇ ਉਹਨਾਂ ਲੋਕਾਂ ਦੇ ਨਾਮ ਉਹਨਾਂ ਪਾਵਣ ਲੋਕਾਂ ਦੇ ਨਾਮ ਲੈ ਰਹੇ ਹੁੰਨੇ ਆ ਜਿਨ੍ਹਾਂ ਨੇ ਆਪਣਾ ਧਰਮ ਨਹੀਂ ਛੱਡਿਆ ਆਪਣੀ ਜ਼ੁਬਾਨ ਤੋਂ ਪਾਸੇ ਨਹੀਂ ਹੋਏ ਆਪਣਾ دین ਨਹੀਂ ਛੱਡਿਆ ਇਹਨਾਂ ਨੇ ਕਬੂਲੀ ਉਹਨਾਂ ਦੀਆਂ ਸਪੀਜਾਂ ਤੇ ਉਹਨਾਂ ਦੇ ਗੁਣ ਗਾਣ ਕਰਦੇ ਹੋ ਤਾਂ ਕੁਝ ਸਿੱਖ ਵੀ ਲਿਆ ਕਰੋ ਕੁਝ ਸਮਝ ਵੀ ਲਿਆ ਕਰੋ ਕਿ ਜੇ ਸਟੈਂਡ ਲੈਨੇ ਹੋ ਇੱਕ ਪਾਸੇ ਕਹਨੇ ਹੋ ਪੰਜਾਬ ਹਤਾਸ਼ੀਆਂ ਇੱਕ ਪਾਸੇ ਕਹਨੇ ਹੋ ਪੰਜਾਬ ਦੇ ਨਾਲ ਖੜੇ ਆ ਇੱਕ ਪਾਸੇ ਕਹਨੇ ਹੋ ਕਿ ਪੰਜਾਬ ਹੀ ਅਸੀਂ ਬਚਾਉਣਾ ਹੈ ਤੇ ਦੂਜੇ ਪਾਸੇ ਇੱਕ ਘੁਰਕੀ ਆਉਂਦੀ ਹੈ ਤੇ ਸਵੇਰ ਨੂੰ ਗੱਲ ਵਿੱਚ ਪੱਟਾ ਕਿਸੇ ਹੋਰ ਦਾ ਹੁੰਦਾ ਹੈ ਇਹ ਸ਼ਾਮ ਨੂੰ ਗੱਲ ਵਿੱਚ ਪੱਟਾ ਕਿਸੇ ਹੋਰ ਦਾ ਹੁੰਦਾ ਹੈ ਇਹ ਤੁਹਾਡੀ ਅਸਲੀਅਤ ਹੈ ਸਾਬਜਾਦਿਆਂ ਦੇ ਦਿਨ ਚੱਲਦੇ ਆ ਸਾਬਜਾਦਿਆਂ ਤੋਂ ਜੇ ਸਿੱਖਿਆ ਲੈਣੀ ਹੈ ਤਾਂ ਕੋਈ ਸਟੈਂਡ ਦੀ ਸਿੱਖਿਆ ਲਓ ਸਾਬਜਾਦਿਆਂ ਦੇ ਜੇ ਪਾਚ ਇਹਨਾਂ ਦੇ ਚੱਲਣਾ ਜੇ ਭਾਸ਼ਣ ਦੇਣੇ ਉਹਨਾਂ ਦੇ ਨਾਮ ਤੇ ਤਾਂ ਉਹਨਾਂ ਦੀਆਂ ਕਈਆਂ ਗੱਲਾਂ ਤੇ ਵੀ ਕੁਝ ਗੌਰ ਕਰੋ ਨੇਤਾ ਜੀ ਦਲ ਬਦਲੋ ਜ਼ਮਾਨਾ ਇਹ ਸਾਨੂੰ ਵੀ ਪਤਾ ਹੈ ਦਲ ਬਦਲੀਆਂ ਤੁਸੀਂ ਕਰਨੀਆਂ ਪਰ ਪੱਟੇ ਪਾਉਣ ਤੋਂ ਪਹਿਲਾਂ ਫਿਰ ਉਹਨਾਂ ਦੇ ਨਾਮ ਨਾ ਵਰਤਿਆ ਕਰੋ ਉਹਨਾਂ ਸ਼ਹੀਦਾਂ ਦੇ ਜਿਨ੍ਹਾਂ ਨੇ ਤੁਹਾਡੇ ਵਾਂਗੂ ਲਾਲਚਾਂ ਦੇ ਵਿੱਚ ਜਾਂ ਡਰਾਂ ਦੇ ਵਿੱਚ ਆ ਕੇ ਆਪਣਾ ਮਾਜਮ ਨਹੀਂ ਛੱਡਿਆ ਆਪਣੀ ਕੌਮ ਨੂੰ ਦਾਗ ਨਹੀਂ ਲਾਇਆ